ਇੱਕ ਕਹਾਣੀ ਹੈ ਜੀ ਦੀਪ ਤੇ ਕਮਲ ਦੀ ਦੀਪ ਤੇ ਕਮਲ ਇੱਕ ਕਾਲਜ ਵਿੱਚ ਇੱਕ ਹੀ ਕਲਾਸ ਵਿੱਚ ਪੜ੍ਹਦੇ ਸੀ ਕਮਲ ਬਹੁਤ ਪਿਆਰ ਕਰਦੀ ਸੀ ਦੀਪ ਵੀ ਉਸ ਨੂੰ ਜਾਨੋਂ ਵੱਧ ਚਾਹੁੰਦਾ ਸੀ ਉਹ ਹਰ ਰੋਜ਼ ਇੱਕ ਦੂਜੇ ਨੂੰ ਮਿਲਦੇ ਤੇ ਰੱਜ ਕੇ ਗੱਲਾਂ ਕਰਦੇ ਕਮਲ ਨੇ ਤਾਂ ਦੀਪ ਨਾਲ ਜਿਉਣ ਮਾਰਨ ਦੇ ਵਾਅਦੇ ਕੀਤੇ ਸੀ ਉਹ ਹਮੇਸ਼ਾ ਕਹਿੰਦੀ ਦੀਪ ਤੂੰ ਤਾਂ ਮੇਰੀ ਜਾਨ ਹੈ ਉਹ ਕੌਣ ਹੋ ਸਕਦਾ ਏ ਜੋ ਆਪਣੀ ਜ਼ਿੰਦਗੀ ਨੂੰ ਪਿਆਰ ਨਾ ਕਰਦਾ ਹੋਵੇ ਦੀਪ ਤੇਰੇ ਤੋਂ ਵੱਖ ਹੋ ਕੇ ਤਾਂ ਮੈਂ ਮਰੀ ਜਾਵਾਂਗੀ ਉਹਨਾ ਹਰ ਦਿਨ ਹਰ ਪਲ ਖੁਸ਼ੀਆਂ ਵਿੱਚ ਬੀਤਦਾ ਸੀ ਇਸ ਤਰ੍ਹਾਂ ਸਮਾਂ ਬੀਤਦਾ ਗਿਆ ਪਰੰਤੂ ਕੁਝ ਸਮੇਂ ਪਿੱਛੋਂ ਕਮਲ ਕੁਝ ਦਿਨ ਕਾਲਜ ਨਹੀਂ ਦੀਪ ਕਮਲ ਤੋਂ ਬਿਨਾਂ ਕਾਲਜ ਵਿੱਚ ਇਕ ਕਲਾ ਮਹਿਸੂਸ ਕਰਦਾ ਸੀ ਉਸ ਦਾ ਜਿਹਾ ਹੀ ਦਿਲ ਨਹੀਂ ਸੀ ਲੱਗਦਾ ਪਤਾ ਲਗਾਉਣ ਤੇ ਉਹਦੀ ਸਹੇਲੀ ਨੇ ਦੱਸਿਆ ਕਿ ਕਮਲ ਦੀ ਤਾਂ ਮੰਗਣੀ ਹੋ ਗਈ ਏ ਇੱਕ ਮੁੰਡੇ ਦੇ ਨਾਲ ਇਹ ਸੁਣ ਕੇ ਦੀਪ پاگل ਜਿਹਾ ਹੋ ਗਿਆ ਉਸ ਦਿਨ ਪਤਾ ਨਹੀਂ ਕਿਵੇਂ ਘਰ ਪਹੁੰਚਿਆ ਉਸ ਪਿੱਛੋਂ ਕਮਲ ਦੀਪ ਨੂੰ ਨਾ ਮਿਲ ਸਕੀ ਕਿਉਂਕਿ ਉਸ ਦੀ ਸ਼ਾਦੀ ਵਿੱਚ ਥੋੜੇ ਹੀ ਦਿਨ ਰਹਿ ਗਏ ਸਨ ਅਤੇ ਉਸ ਤੇ ਬਾਹਰ ਜਾਣ ਤੇ ਪਾਬੰਦੀ ਲਾ ਦਿੱਤੀ ਗਈ ਸੀ ਕੁਝ ਦਿਨਾਂ ਪਿੱਛੋਂ ਹੀ ਕਮਲ ਦੀ ਸ਼ਾਦੀ ਹੋ ਗਈ ਦੀਪ ਨੂੰ ਪਤਾ ਲੱਗਾ ਕਿ ਕਮਲ ਬਹੁਤ ਹੀ ਉੱਚੇ ਖਾਨਦਾਨੀ ਵਿੱਚ ਵਿਆਹੀ ਹੈ ਇੱਕ ਦਿਨ ਅਚਾਨਕ ਦੀਪ ਨੂੰ ਕਮਲ ਲਈ ਸ਼ਹਿਰ ਜਾਣਾ ਪਿਆ ਉਥੇ ਵਿਆਹ ਪਿੱਛੋਂ ਪਹਿਲੀ ਵਾਰ ਉਸਨੇ ਕਮਲ ਨੂੰ ਦੇਖਿਆ ਉਹ ਇੱਕ ਕਾਰ ਵਿੱਚੋਂ ਉੱਤਰ ਕੇ ਸ਼ਾਪਿੰਗ ਮਾਲ ਵਿੱਚ ਚਲੀ ਗਈ ਦੀਪ ਵੀ ਉਸ ਦੇ ਪਿੱਛੇ ਚਲਾ ਗਿਆ ਉਸਨੇ ਕਮਲ ਨੂੰ ਬੁਲਾਇਆ ਪਰ ਉਸ ਨੂੰ ਦੇਖ ਕੇ ਉਸਨੇ ਇੰਜ ਮੁੱਖ ਘਮਾਇਆ ਜਿਵੇਂ ਉਸ ਨੂੰ ਦੇਖ ਕੇ ਉਹ ਦਾਦਾਂ ਨੂੰ ਘੁੱਟ ਰਿਹਾ ਹੋਵੇ ਜਲਦੀ ਹੀ ਕਮਲ ਉਥੋਂ ਤੁਰ ਗਈ ਦੀਪ ਨੂੰ ਇੰਜ ਮਹਿਸੂਸ ਹੋਇਆ ਜਿਵੇਂ ਉਸ ਦੀ ਅਮੀਰੀ ਦੇ ਸਾਹਮਣੇ ਕਮਲ ਦੇ ਉਹਦੇ ਨਾਲ ਕੀਤੇ ਉਮਰਾਂ ਦੇ ਵਾਅਦੇ ਠਿੱਕੇ ਪੈ ਗਏ ਸਨ ਇਹ ਸੀਗੀ ਆਪਣੀ ਕਹਾਣੀ ਜੇ ਤੁਹਾਨੂੰ ਸਾਡੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਅਤੇ ਸਾਨੂੰ ਵੀ ਦੱਸਿਓ ਤੁਹਾਡੇ ਚੋਂ ਕਿਸ-ਕਿਸ ਦੇ ਨਾਲ ਇਸ ਤਰ੍ਹਾਂ ਹੋਇਆ ਏ ਕਿ ਕਿਸੇ ਕੁੜੀ ਨੇ ਪੈਸੇ ਦੇ ਲਈ ਮੁੰਡੇ ਨੂੰ ਛੱਡ ਦਿੱਤਾ ਹੋਵੇ। ਲਾਈਕ ਕਮੈਂਟ ਜਰੂਰ ਕਰਿਓ ਅਤੇ ਸਾਨੂੰ ਦੱਸਿਓ ਜਰੂਰ। ਮਿਲਦੇ ਆਂ ਕੱਲ ਨੂੰ ਇੱਕ ਨਵੀਂ ਕਹਾਣੀ ਦੇ ਨਾਲ। ਸਾਨੂੰ ਦਿਓ ਆਗਿਆ। ਧੰਨਵਾਦ।